ਜ਼ਿਲ੍ਹਾ ਫਤਿਹਾਬਾਦ ਟੋਹਾਣਾ ਦੇ ਧੋਬੀ ਯੂਨੀਅਨ ਦੇ ਪ੍ਰਧਾਨ ਖਜਾਨ ਚੰਦ ਤੋਂ ਤਿੰਨ ਅਣਜਾਣ ਵਿਅਕਤੀ ਜ਼ਬਰਦਸਤੀ 2 ਸੋਨੇ ਦੀਆਂ ਅੰਗੂਠੀਆਂ ਉਹਨਾਂ ਤੋਂ ਖੋਹ ਕੇ ਫਰਾਰ ਹੋ ਗਏ। ਇਹ ਘਟਨਾ ਤਦ ਘਟੀ ਜਦ ਉਹ ਦਿਨ 'ਚ 12 ਵਜੇ ਕਿਸੇ ਨੂੰ ਮਿਲ ਕੇ ਆਪਣੇ ਸਾਈਕਲ 'ਤੇ ਆਪਣੇ ਘਰ ਦੇ ਵੱਲ ਵਾਪਿਸ ਜਾ ਰਹੇ ਸਨ। ਆਰੋਪੀਆਂ ਦੀਆਂ ਤਸਵੀਰਾਂ ਉੱਥੇ ਲੱਗੇ CCTV ਕੈਮਰਿਆਂ 'ਚ ਕੈਦ ਹੋ ਗਈਆਂ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਿਤ ਖਜਾਨ ਚੰਦ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਇਸ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਹੈ। ਖਜਾਨ ਚੰਦ ਦਾ ਕਹਿਣਾ ਹੈ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਅਜਿਹੇ 'ਚ ਇਹ ਘਟਨਾ ਘਟ ਜਾਣ ਨਾਲ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਪੁਲਿਸ ਨੇ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮੈਂ ਕੱਲ੍ਹ 12:30 ਵਜੇ ਸਿਟੀ ਥਾਣੇ ਕੀ ਸੜਕ ਵਾਲੇ ਸੰਘਰਸ਼ ਉਧਰ ਸੇ ਆਪਣੇ ਘਰ ਆ ਰਹਾ ਥਾ ਤੋ ਰਾਸਤੇ ਮੇਂ ਮੁਝੇ ਇੱਕ ਆਦਮੀ ਮਿਲਾ ਔਰ ਰਾਸਤਾ ਪੁੱਛਣੇ ਲਗਿਆ। ਮੈਂ ਉਸਕੋ ਰਾਸਤਾ ਬਤਾਣੇ ਲਗਾ, ਇਤਨੇ ਮੇਂ 3 ਆਦਮੀ ਔਰ ਆ ਗਏ। ਉਹਨਾਂ ਆ ਕੇ ਜੀ ਮਤਲਬ ਮੇਰੇ ਸਾਥ ਛਿੰਨਾ ਝਪਟੀ ਕਰੀ ਔਰ ਮੇਰੀ ਦੋਨੋਂ ਅੰਗੂਠੀ ਜੋ 7-7 ਗ੍ਰਾਮ ਕੀ ਹੈ ਉਹ ਮੇਰੇ ਛੀਨ ਕੇ ਭੱਜ ਗਏ ਔਰ ਮੈਨੇ ਸ਼ੋਰ ਬਹੁਤ ਮਚਾਇਆ ਕਿ ਪਕੜੋ ਪਕੜੋ ਮੇਰੀ ਅੰਗੂਠੀ ਲੈ ਗਿਆ, ਪਕੜੋ ਪਕੜੋ ਮੇਰੀ ਅੰਗੂਠੀਆਂ ਲੈ ਗਿਆ। ਤੋ ਰਾਹਗੀਰੀ ਨੇ ਕਿਸੇ ਨੇ ਉਹਨਾਂ ਪਕੜਾ ਨਹੀਂ ਔਰ ਉਹ ਜੋ ਹੈ ਬਾਈਕ ਪੇ ਚੜ੍ਹ ਕੇ ਇੱਕ ਜਣਾ ਇੱਧਰ ਭੱਗ ਗਿਆ ਔਰ 2 ਜਣੇ ਆਰਾਮ ਸੇ ਸੇਵਾ ਵਾਲੀ ਗਲੀ ਮੈਂ ਆਪਣਾ ਮੋਟਰਸਾਈਕਲ ਉਠਾ ਕੇ ਭੱਗ ਗਏ ਜੀ। ਹਾਂਜੀ, ਕੈਮਰੇ ਦੇਖੇ ਸੀ ਹਮਨੇ, ਜੋ ਇੱਕ ਮੰਦਿਰ ਕਾ ਕੈਮਰਾ ਹੈ ਉਸਮੇ ਮਤਲਬ 3 ਜਣੇ ਜਾਤੇ ਹੋਏ ਦਿਖਾਈ ਦੀਏ, ਉਹ ਕੈਮਰੇ ਉਸਮੇ ਮੋਟਰਸਾਈਕਲ ਬੈਠੇ ਉਸਕੀ ਫੁਟੇਜ ਹਮਨੇ ਨਿਕਲਵਾ ਲਈ। ਅਬ ਉਹ ਪੁਲਿਸ ਕੋ ਹਮ ਸੰਭਲਾ ਦੇਂਗੇ। ਤੋ ਉਸਕੇ ਬਾਅਦ ਦੇਖੋ ਜੀ ਪੁਲਿਸ ਕਾਰਵਾਈ ਕਰ ਰਹੀ ਹੈ, ਐਪਲੀਕੇਸ਼ਨ ਦਰਖਾਸਤ ਦੇ ਦੀ ਥਾਣੇ ਮੇਂ। ਪ੍ਰਸ਼ਾਸਨ ਸੇ ਇਹੀ ਮੰਗ ਹੈ ਜੀ, ਮੈਂ ਗਰੀਬ ਆਦਮੀ ਹੂੰ, ਮੈਂ ਮਜ਼ਦੂਰੀ ਕਰਤਾ ਹੂੰ ਔਰ ਮੇਰੀ ਮਤਲਬ ਜੋ 2 ਅੰਗੂਠੀਆਂ ਮੁਝੇ ਦਿਲਵਾਈ ਜਾਏ ਜੀ। ਬਲਾਨ ਨਿਊਜ਼ ਲਈ ਟੋਹਾਣਾ ਤੋਂ ਸੁਸ਼ੀਲ ਕੁਮਾਰ ਦੀ ਰਿਪੋਰਟ।